ਦੇਖੋ ਇਹ 'ਚ ਆਪਾਂ ਨੂੰ ਕੋਈ ਭੁਲੇਖਾ ਹੈ ਕਿਤੇ? ਜਦੋਂ ਵੀ ਪਿਛਲੀ ਵਾਰ ਕਾਂਗਰਸ ਪਾਰਟੀ ਦੇ 8 MP ਜਿੱਤੇ ਸੀ, 8 MP ਸ਼੍ਰੀ ਅੰਮ੍ਰਿਤਸਰ ਤੋਂ ਲਾ ਲਓ, ਅਨੰਦਪੁਰ ਸਾਹਿਬ ਤੋਂ ਲਾ ਲਓ, ਫਤਿਹਗੜ੍ਹ ਸਾਹਿਬ ਤੋਂ ਲਾ ਲਓ, ਇਸੇ ਤਰੀਕੇ ਨਾਲ ਲੁਧਿਆਣੇ ਤੋਂ ਲਾ ਲਿਓ, ਜਲੰਧਰ ਤੋਂ ਲਾ ਲਓ, ਫਰੀਦਕੋਟ ਤੋਂ ਲਾ ਲਓ, ਸਾਰੇ MP ਆ ਜਿਹੜੇ ਇਸ ਵਾਰ ਵੀ ਪੰਜਾਬ ਨੇ ਪੂਰਾ ਭਰੋਸਾ ਜਿਹੜਾ ਉਹ ਹਜੇ ਕਿ ਮੇਰਾ ਕੋਈ ਪਾਰਟੀ 'ਚ ਉਹਨਾਂ ਦੇ ਦਖਲ ਨਹੀਂ ਦੇਣਾ ਬਣਦਾ, ਪਰ ਜੋ ਗੱਲ ਲੋਕ ਕਹਿ ਰਹੇ ਆ ਵੀ ਅਸੀਂ ਬੜਾ ਲੁੱਟਿਆ ਮਹਿਸੂਸ ਕਰ ਰਹੇ ਹਾਂ, 7 MP ਫੇਰ ਜਿਤਾ ਤੇ ਇਸ ਵਾਰ ਕਾਂਗਰਸ ਪਾਰਟੀ ਦੇ, ਅਤੇ ਉਹ ਕਾਂਗਰਸ ਪਾਰਟੀ 'ਚੋਂ ਜਿਤਾਇਆ ਕੌਣ ਨਾ? ਇੱਕ ਮੁੱਖ ਮੰਤਰੀ ਰਹੇ ਨੇ ਚੰਨੀ ਸਾਹਿਬ, ਇੱਕ ਉਹਦੇ ਵਿੱਚੋਂ ਡਿਪਟੀ ਚੀਫ ਮਿਨਿਸਟਰ ਰਹੇ ਰੰਧਾਵਾ ਸਾਹਿਬ, ਇੱਕ ਕਾਂਗਰਸ ਦਾ ਪ੍ਰਧਾਨ ਆ, ਇੱਕ ਚੰਡੀਗੜ੍ਹੋਂ ਜਿਹੜੇ 5 ਵਾਰ MP ਰਹੇ ਆ ਉਹ ਨੇ, ਇੱਧਰ 3 ਵਾਰ ਸ਼੍ਰੀ ਅੰਮ੍ਰਿਤਸਰ 'ਚ ਪਵਿੱਤਰ ਧਰਤੀ ਤੋਂ ਔਜਲਾ ਸਾਹਿਬ। ਠੀਕ ਆ ਰਾਹੁਲ ਗਾਂਧੀ ਆਪ ਲੀਡਰ ਬਣ ਗਏ, ਉਹਨਾਂ ਨੇ ਸੀਨੀਅਰ ਸਾਰੇ ਇਗਨੋਰ ਕਰਤੇ, ਪਰ ਐਡਾ ਪੰਜਾਬ ਇਗਨੋਰ? ਇੰਨੀ ਵਾਰ ਦੇ ਮੈਂ ਤੁਹਾਨੂੰ ਦੱਸਿਆ ਸੀਨੀਅਰ MP ਗੌਰਵ ਗੋਗੋਈ ਬਣਾ ਤਾ, ਕਿੰਨਵੀਂ ਵਾਰ? 3 ਵਾਰ 3 MP ਜਿੱਤੇ ਆ ਉੱਥੋਂ, ਅਤੇ ਦੂਜੀ ਵਾਰ ਉਹ ਪਤਾ ਨਹੀਂ ਤੀਜੀ ਪਾਰਲੀਮੈਂਟ 'ਚ ਆਇਆ ਹੈ। ਕੁੱਲ ਕਿੰਨੇ MP ਜਿੱਤੇ ਆ? 3। ਅਤੇ ਜਿਹੜੇ ਬਾਕੀ ਸਟੇਟਾਂ ਹੈ ਉਹ ਤੋਂ ਵੀ ਕਿਤੋਂ 1-2 ਜਿੱਤੇ ਆ। ਜਿਹੜੇ ਚੀਫ ਵਿਪ ਬਣਾਇਆ ਉਹ ਪਹਿਲਾਂ ਉਹ ਸਪੀਕਰ ਦਾ ਕੈਂਡੀਡੇਟ ਬਣਾ ਤਾ, ਉਹ SC ਹੈ ਤਾਂ ਕਰਕੇ ਉਹਨੂੰ ਚੀਫ ਵਿਪ ਬਣਾਇਆ ਹੈ। ਕੁੱਲ ਜਿਹੜਾ ਸਪੀਕਰ ਦਾ ਕੈਂਡੀਡੇਟ ਸੀ NDA ਇਹਨਾਂ ਦੇ NDA ਦੇ ਖਿਲਾਫ UPA ਦਾ ਜਾਂ ਕਾਂਗਰਸ ਦਾ ਸੁਰੇਸ਼, ਅਤੇ 2 ਜਣੇ ਉਹਨਾਂ ਨੇ ਵਿਪ ਬਣਾਏ ਆ। ਕੀ ਕਾਂਗਰਸ ਇੰਨਾ ਨਫ਼ਰਤ ਆ ਪੰਜਾਬ ਦੇ ਨਾਲ, ਇੰਨੀ ਨਫ਼ਰਤ ਆ ਪੰਜਾਬੀਆਂ ਨਾਲ ਰਾਹੁਲ ਗਾਂਧੀ ਨੂੰ ਜਾਂ ਕਾਂਗਰਸ ਨੂੰ, ਵੀ 7 MP ਅਤੇ 8 MP ਦੇ ਕੇ ਵੀ 1-20 ਬੰਦਾ ਜਿਹੜਾ ਅੱਜ ਮੈਂ ਹੈਰਾਨ ਹਾਂ ਵੀ ਪਵਿੱਤਰ ਧਰਤੀ ਤੋਂ 3 ਵਾਰ ਬਣੇ ਆ ਔਜਲਾ ਸਾਹਿਬ, ਕੀ ਜਵਾਬ ਦੇਣਗੇ? ਕੀ ਗੱਲ ਕਹਿਣਗੇ ਆਪਣੇ ਲੋਕਾਂ ਨੂੰ ਵੀ ਮੈਂ ਸਿਰਫ ਮੁਰਦਾਬਾਦ ਕਰਨ ਜਾਂਦਾ, ਉੱਥੇ ਸਿਰਫ ਮੈਂ ਮੁਰਦਾਬਾਦ ਦੇ ਕਾਲੇ ਕੱਪੜੇ ਪਾ ਕੇ ਦਿਖਾਉਣਾ ਹੈ? ਅੱਜ ਮਨੀਸ਼ ਤਿਵਾੜੀ ਹੋਣੀ ਨੇ ਜਿਹੜੇ ਜਿਨ੍ਹਾਂ ਦਾ ਓਪੋਜੀਸ਼ਨ ਲੀਡਰ ਦਾ ਉਹਨਾਂ ਦਾ ਕੱਦ ਸੀ, ਕਿਸੇ ਦਾ ਉਹਨਾਂ ਨੂੰ ਵਿਚਾਰਿਆਂ ਨੂੰ ਬਣਾ ਦਿਉ। ਲੋਕ ਇੰਨੀਆਂ ਵੋਟਾਂ 'ਤੇ ਉਹਨਾਂ ਨੇ ਜਿਤਾਇਆ, ਸਮਝੌਤਾ ਕਰਕੇ ਜਿਤਾਇਆ, ਆਮ ਆਦਮੀ ਅਤੇ ਕਾਂਗਰਸ ਦਾ ਦੋਨਾਂ ਦਾ ਸਮਝੌਤਾ ਹੋਇਆ ਤਾਂ ਕਿਤੇ ਜਿੱਤੇ ਨੇ, ਅਤੇ ਪਰ ਫਿਰ ਵੀ ਅੱਜ ਕੋਈ ਝੋਲੀ 'ਚ ਖੈਰ ਨਹੀਂ ਪਾਈ। ਜੇ ਨਾਅਰੇ ਲਾਉਣ ਨੂੰ ਪੰਜਾਬ ਵਾਲੇ ਉਹਨਾਂ ਨੂੰ ਕਹਿਣਗੇ ਨਹੀਂ ਜੀ ਨਹੀਂ ਤੁਸੀਂ ਤਾਂ ਸਭ ਤੋਂ ਲੰਬੇ ਚੌੜੇ ਉੱਚੇ ਹੋ, ਸਭ ਤੋਂ ਜ਼ਿਆਦਾ ਮੁਰਦਾਬਾਦ ਸਪੀਕਰ ਦੇ ਮੂਹਰੇ ਉਹਨਾਂ ਤੋਂ ਕਰਾਉਣਗੇ, 2.25 ਘੰਟੇ ਕਰੀ ਗਏ ਨੇ ਵਿਚਾਰੇ ਜਿੱਦਣ ਪ੍ਰਾਈਮ ਮਿਨਿਸਟਰ ਬੋਲਿਆ ਮੋਦੀ ਜੀ। ਪਰ ਅੱਜ ਦੁੱਖ ਹੋਇਆ, ਅੱਜ ਕਾਂਗਰਸ ਹਾਈ ਕਮਾਂਡ ਨੇ ਬਿਲਕੁਲ ਅੱਖੋਂ ਪਰੋਖੋਂ ਪੰਜਾਬ ਦੀ ਕਾਂਗਰਸ ਨੂੰ ਕਰਤਾ। ਮੈਂ ਇਹ ਬੋਲਣ ਨਾ ਬੋਲਣ ਉਹ ਵਿਚਾਰੇ ਬੋਲ ਵੀ ਨਹੀਂ ਸਕਦੇ, ਮਜ਼ਦੂਰ ਨੇ ਉਹਨਾਂ ਦੇ ਦਰਦ, ਤਾਂ ਹੀ ਤਾਂ ਮੈਂ ਬੋਲਦਾ, ਮੈਨੂੰ ਪਤਾ ਨਾ ਇਹੀ ਦਰਦ ਸਾਡਾ ਵੀ ਸੀ ਜਦੋਂ 8 ਸੀਗੇ, ਅਸੀਂ ਰੋਜ਼ ਦੇਖਦੇ ਸੀ ਵੀ ਕਿਉਂ ਪੰਜਾਬ ਨੂੰ ਇਗਨੋਰ ਕੀਤਾ ਜਾ ਰਿਹਾ, ਕਿਉਂ ਇੱਕ ਕੱਲ੍ਹ ਦਾ ਸਾਡੇ ਬਰਾਬਰ ਆਇਆ ਸੀ ਗੌਰਵ ਗੋਗੋਈ ਉਹਨਾਂ ਦਾ, ਜਿਹਨੂੰ ਉਹਨਾਂ ਨੇ ਪਿਛਲੀ ਵਾਰ ਵੀ ਡਿਪਟੀ ਲੀਡਰ ਬਣਾਇਆ ਸੀ, ਅਤੇ ਜਿੱਥੋਂ 1 ਸੀਟ ਆਉਂਦੀ ਸੀ ਧੀਰ ਰੰਜਨ ਚੌਧਰੀ ਜੀ ਉਹ ਬਣਾ ਕੇ ਰੱਖੇ ਸੀ, ਕਾਬਲ ਵਾਲਾ ਬੰਦਾ ਤਾਂ ਕੋਈ ਕਾਬਲੀਅਤ ਵਾਲਾ ਤਾਂ ਬਣਾਉਣਾ ਨਹੀਂ ਉਹਨਾਂ ਨੇ। ਅਤੇ ਇਸ ਕਰਕੇ ਪੰਜਾਬ ਨਾਲ ਤਾਂ ਖਾਸ ਨਫ਼ਰਤ ਆ, ਇਹ ਲੋਕ ਅੱਜ ਸਮਝ ਲੈਣ, ਜਿਹੜੇ ਕਾਂਗਰਸੀ ਸੀ ਜਾਂ ਆਮ ਲੋਕਾਂ ਨੇ ਜਿਨ੍ਹਾਂ ਨੇ ਵੋਟ ਪਾਈ ਸੀ, ਅੱਜ ਇੱਕ ਤਾਂ ਊਂ ਓਪੋਜੀਸ਼ਨ 'ਚ ਬੈਠੇ ਆ, ਇੱਕ ਪਾਰਟੀ ਨੇ ਵੀ ਅੱਜ ਉਹ ਸ਼ਰਮਿੰਦੇ ਕੀਤੇ ਨੇ ਮੈਂ ਸਮਝਦਾ, ਉਹ ਗੁਰੂ ਦੀ ਪਵਿੱਤਰ ਧਰਤੀ ਜਿਹੜਾ ਜਿਹਨੇ ਉੱਥੇ ਕੋਈ ਬੰਬ ਲੈ ਕੇ ਆਇਆ ਸੀ ਉਹਨੂੰ ਵੀ ਫੜਿਆ ਸੀ ਔਜਲਾ ਸਾਹਿਬ ਨੇ, ਉਹਦੀ ਉਹ ਸ਼ਰਮ ਕਰ ਲੈਂਦੇ ਦੇ ਦਿੰਦੇ। ਪਰ ਅੱਜ ਕਿਤੇ ਨਾ ਕਿਤੇ ਮੈਂ ਸਮਝਦਾ ਇਹ ਉਹਨਾਂ ਦਾ ਵੀ ਦਰਦ ਹੋਊ, ਦੁੱਖ ਹੋਊ, ਬੋਲ ਸਕਣਗੇ ਨਹੀਂ ਬੋਲ ਸਕਣਗੇ, ਪਰ ਮੈਂ ਆਪਣੀ ਗੱਲ ਜ਼ਰੂਰ ਤੁਹਾਨੂੰ ਦੱਸਤੀ ਵੀ ਪਿਛਲੀ ਵਾਰ ਵੀ 8 ਦੇ 8 ਇਹੀ ਗੱਲ ਕਹਿੰਦੇ ਸੀ, ਇਸ ਵਾਰ 7 ਦੇ 7 ਖੁੰਝੇ ਕਰਕੇ ਮਾਰੇ। ਮੈਂ ਕਿਹਾ ਜੀ ਉਹਨਾਂ ਦਾ ਅੱਜ ਰਹਿ ਕੀ ਗਿਆ,
ਹੁਣ 7 MP ਨੇ ਇਹਨਾਂ ਨੂੰ ਬੁਲਾਉਣ ਦਾ ਟਾਈਮ ਆ ਜਿਹੜਾ ਗੌਰਵ ਗੋਗੋਈ ਕੋਲ ਆ ਜਾਂ ਸੁਰੇਸ਼ ਕੋਲ ਆ ਜਾਂ ਹੋਰਾਂ ਕੋਲ ਆ, ਇਹ ਤਾਂ ਇਹਨਾਂ ਨੂੰ ਤਾਂ ਬੁਲਾਉਣਾ ਵੀ ਉਹਦੀ ਮਿਹਨਤ ਕਰਨੀ ਪਊਗੀ ਵੀ ਸਾਨੂੰ ਟਾਈਮ ਦੇ ਦਿਉ, ਉਹ ਦੇਖਿਆ ਕਰੂ ਵੀ ਇਹਨਾਂ ਨੂੰ 99 ਨੰਬਰ 'ਤੇ ਰੱਖਣਾ। ਐਡੇ ਸੀਨੀਅਰ ਬੰਦੇ ਨੇ ਜਿਹੜੇ, ਮੈਂ ਤਾਂ ਤੁਹਾਨੂੰ ਦੱਸਿਆ ਪ੍ਰਧਾਨ ਤੋਂ ਲੈ ਕੇ ਕਾਂਗਰਸ ਦਾ ਚੀਫ ਮਿਨਿਸਟਰ ਤੱਕ ਜਿਹੜੇ ਰਹੇ ਨੇ ਉਹ MP ਨੇ ਇਸ ਵਾਰ, ਕਿੱਡੇ ਕਿੱਡੇ ਸਿਆਣੀ ਉਮਰਾਂ ਦੇ ਨੇ। ਸੁੱਖੀ ਰੰਧਾਵਾ ਸਾਹਿਬ ਹੋਣੀ ਜਿਹੜੇ ਡਿਪਟੀ ਚੀਫ ਮਿਨਿਸਟਰ ਰਹੇ, ਕੁਛ ਤਾਂ ਯਾਰ ਉਹਨਾਂ ਦੀ ਰੱਖੋ, ਸਿਰਫ ਉਹ ਵੈੱਲ 'ਚ ਹੁਣ ਜਾ ਕੇ ਮੁਰਦਾਬਾਦ ਦੇ ਨਾਅਰੇ ਲਾਉਣ ਚੱਕ ਰਹਿ ਗਏ। ਚਲੋ, ਇੰਨੀ ਜਲਾਲਤ ਬਰਦਾਸ਼ਤ ਕਰਨੀ ਵੀ ਔਖੀ ਆ।